ਅਸਲਾਮੁਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ। ਅਤੇ ਅੱਜ ਮੈਂ ਅੱਜ ਡਰਾਮਾ ਵਾਸਤੇ ਲਿਆ ਜਨਾਬ ਨਾ, ਜਿਹੜਾ ਪੁਰਾਣਾ ਰਿਵਾਜ਼ ਹੈ ਨਾ ਪੀੜ੍ਹੀਆਂ ਬਣਾਉਣ ਦਾ, ਮੂਹੜੇ ਬਣਾਉਣ ਦਾ, ਅਤੇ ਇਹ ਵੇਖ ਸਕਦੇ ਜੀ ਜਨਾਬ, ਇਹ ਮੂਹੜਾ ਹੈਗਾ ਜੀ ਜਨਾਬ, ਇਹ ਜਨਾਬ ਮੀਆਂ ਸਦੀਕ ਅਹਿਮਦ ਹੈ, ਇਹ ਪਰਾਲੀ ਹੈਗੀ ਜੇ ਮੂੰਜੀ ਦੀ, ਇਹਦੇ ਜਨਾਬ ਵੱਟ ਚਾੜ ਦੇ ਇਸ ਤਰੀਕੇ ਰੱਸਾ ਵਿਖਾ ਵੀ ਪਰਾਂ, ਰੱਸਾ ਵੱਢੀ ਜਾਵੇਗਾ। ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੀਜਰ ਜਿਹੜਾ ਦੋਨੋਂ ਮੂਹੜਾ ਵਿਖਾਇਆ, ਉਸੇ ਤਰ੍ਹਾਂ ਦੇ ਮੂਹੜੇ ਬਣਨਗੇ। ਇਹ ਜਨਾਬ ਪਿੰਡਾਂ ਥਾਵਾਂ 'ਤੇ ਜਿਹੜੇ ਹੈਗੇ ਇਹਨਾਂ ਲੋਕ ਬਵਣਗੇ ਜਨਾਬ, ਇਹਨੂੰ ਚੁੱਲ੍ਹੇ 'ਤੇ ਬਵੇਗਾ ਕੋਈ, ਜਾਂ ਜਿੱਥੇ ਵੀ ਕਿਸੇ ਬਹਿਣਾ ਦੋਵਾਂ ਲਗਾਵਣਗੇ। ਜੱਟ ਲੋਕ ਬਹਿੰਦੇ ਹੈਗੇ ਨੇ ਅਕਸਰ ਦੋਵੇਂ 'ਤੇ, ਅਤੇ ਇਹ ਜਨਾਬ ਸਾਰਾ ਕੰਮ ਕਰਨਗੇ। ਅਤੇ ਮੈਂ ਗੁਜ਼ਰਦ ਰਿਹਾ ਸੀ ਅਤੇ ਮੈਂ ਆਖਿਆ ਵੀ ਚਲੋ ਵੀ ਵੇਖਾਂ ਵੀ ਇਹ ਕੀ ਬਣਦਾ ਪਿਆ, ਅਤੇ ਫਿਰ ਅੱਗੇ ਆ ਤਾਂ ਚੈੱਕ ਕੀਤਾ, ਇਹ ਜਨਾਬ ਮੂਹੜੇ ਬਣ ਰਹੇ ਸਨ। ਅਤੇ ਹੁਣ ਤੁਸੀਂ ਵੀਡੀਓ ਵੇਖ ਲਈਏ, ਮੇਰਾ ਖਿਆਲ ਹੈ ਅਤੇ ਇਹਦੀ ਅਸਲਾਮ ਸਦੀਕ ਖਾਂ, ਸਦੀਕ ਹੈ ਕਿੰਨੇ ਚਿਹਰਾ ਜਿਹੜਾ ਮੂਹੜਾ ਹੈ ਇਹ ਵਾਲਾ, ਇਹ ਕਿੰਨਾ ਸਰ? ਦੋ ਸਾਲ ਤੱਕ ਜਾਂਦਾ ਬਾਈ ਜਾਨ, ਦੋ ਸਾਲ ਦੀ ਗਰੰਟੀ ਹੈਗੀ ਜੀ ਇਸ ਦੀ, ਦੋ ਸਾਲ ਇਹ ਟੁੱਟਦਾ ਨਹੀਂ ਜੇ ਇਹਨੂੰ ਅੱਗ ਨਾ ਲਾਓ ਤਾਂ, ਅਤੇ ਖਰਚਾ ਕੋਈ ਨਹੀਂ, ਫਰੀ ਹੈਗਾ ਜੇ, ਬਸ ਇਹਦਾ ਵਕਤ ਹੀ ਹੈਗਾ ਜਿਹੜਾ ਇਹ ਕਰਦੇ ਪਏ ਨੇ, ਉਹ ਮੁਰਸ਼ਦ ਜੀ ਕਰ ਰਹੇ ਨੇ, ਇੱਧਰ ਮੀਆਂ ਸਦੀਕ ਕਰ ਰਿਹਾ। ਅਤੇ ਇਹ ਇੱਕ ਕਿੰਨੀ ਦੇਰ 'ਚ ਇੱਕ ਬਣਾ ਲੈਂਦੇ ਨੇ, ਕੋਈ ਅੰਦਾਜ਼ਾ ਟਾਈਮ ਕਿੰਨਾ ਹੈ? ਦੋਸਤੋ ਅੱਧੇ ਘੰਟੇ ਦੇ ਵਿੱਚ ਇੱਕ ਮੂਹੜਾ ਤਿਆਰ ਹੋ ਜਾਂਦਾ ਨੇ, ਰੱਸਾ ਵੀ ਬਣ ਜਾਂਦਾ ਨੇ, ਤਾਂ ਮੂਹੜਾ ਤਿਆਰ ਹੋ ਜਾਂਦਾ ਅੱਧੇ ਘੰਟੇ 'ਚ ਇੱਕ ਦਿਨ, ਇਹ ਚਾਹਵਣ ਤਾਂ ਮਸਲਨ ਵੀ ਦਿਨ ਦੇ ਵਿੱਚ 10 ਮੂਹੜੇ 15 ਬਣਾ ਸਕਦੇ ਜੀ, ਲੇਕਿਨ ਇਹ ਸੇਲ ਸੂਲ ਕੋਈ ਨਹੀਂ ਕਰਦੇ ਹੈਗੇ, ਨਾ ਇਹ ਵਿਕਣ ਵਾਲਾ ਰਿਵਾਜ਼ ਹੈਗਾ ਸਾਡੇ ਵੱਲੇ, ਇਹ ਸਿਰਫ ਨਾ ਬਵਣ ਵਾਸਤੇ, ਅਤੇ ਨਾਲੇ ਜਿਹੜੇ ਨਾ ਵੰਗਾਰ ਇੱਕ ਦੂਸਰਾ ਇੱਕ ਘਰ ਹੈ ਤਾਂ ਉਹਦੇ ਕੋਲ ਜ਼ਰੂਰਤ ਹੈ ਇੱਕ ਦੋਸਤ ਨੂੰ, ਉਹ ਇਹ ਬਣਵਾ ਤੇ ਲਿਜਾ ਸਕਦਾ ਹੈ। ਅਤੇ ਬਾਕੀ ਜਿਹੜਾ ਨਾ ਇਹ ਸੇਲ ਸੂਲ ਨਹੀਂ ਕਰਦੇ, ਖੁਦ ਵੀ ਬਹਿੰਦੇ ਨੇ ਅਤੇ ਆਪਣੇ ਬੇਲੀ ਸੱਜਣਾ ਆਂਢੀ ਗੁਆਂਢੀ ਵੀ ਜਨਾਬ ਨਵੇਂ ਬਣਾ ਕੇ ਨਾ ਇਹ ਬਣਾਉਂਦੇ ਨੇ ਅਤੇ ਬੈਠਦੇ ਨੇ ਇਹਨਾਂ 'ਤੇ। ਅਤੇ ਹੁਣ ਮੇਰਾ ਖਿਆਲ ਵੀ ਕਾਫੀ ਹੋ ਗਿਆ। ਅਤੇ ਦੋਸਤੋ ਇਹ ਹੁਣ ਜਿਹੜਾ ਦੂਸਰਾ ਸਟੈਪ ਹੈ ਜਾਰੀ ਜਿਹਾ, ਇਹਨੂੰ ਵੱਟ ਪੈਂਦੇ ਪਏ ਜੇ, ਦੋ ਸਾਈਡਾਂ ਵੇਖ ਲਓ ਜਾਂਦੀਆਂ ਰੱਸੇ ਦੀਆਂ, ਇਹ ਮੈਨੂੰ ਵੀ ਉਹਨਾਂ ਸ਼ਾਮਿਲ ਕਰ ਦਿੱਤਾ ਹੈ, ਅਤੇ ਆਹ ਮੇਰੇ ਵੱਲੋਂ ਵੀ ਕੈਮਰਾ ਲਾਵਾਂ ਵਿੱਚ ਹਿੱਸਾ ਲੈ ਰਹੀ ਹਾਂ। ਇਹ ਜਨਾਬ ਮੂਹੜੇ ਦਾ ਜਿਹੜਾ ਇੱਕ ਮਰਹਲਾ ਇਹ ਵੀ ਹੈਗਾ ਜੇ ਦੂਸਰਾ, ਅਤੇ ਆਖਰੀ ਮਰਹਲਾ ਜਿਹੜਾ ਉਹ ਪੂਰਾ ਕਰਵਾਉਣੇ, ਅਤੇ ਤੁਹਾਡੇ ਭਰਾਵਾਂ ਨੂੰ ਵਿਖਾਵਾਂਗੇ ਵੀ ਇਹ ਕਿਸ ਤਰੀਕੇ ਜਾ ਕੇ ਕੋਈ ਮੂਹੜੇ ਛੂੜੇ ਬਣਾਉਂਦੇ ਹੈਗੇ ਨੇ, ਪਿੰਡ ਥਾਵਾਂ ਦੇ ਵਿੱਚ ਇਹ ਬਣਾਏ ਜਾਂਦੇ ਨੇ ਜਨਾਬ। ਜਦੀਦ ਦੌਰ ਹੈ ਹੁਣ ਇਹਨਾਂ ਦਾ ਰਿਵਾਜ਼ ਤਾਂ ਕੋਈ, ਪਰ ਹਾਲੀ ਵੀ ਅਕਸਰ ਜਗ੍ਹਾ 'ਤੇ ਇਸ ਤੋਂ ਕੰਮ ਲਿਆ ਜਾਂਦਾ ਹੈ। ਦੋਸਤੋ ਜੇਕਰ ਕਿਸੇ ਨੇ ਇਹ ਜਿਹਾ ਸ਼ੌਕ ਕਰਨਾ ਵਾ ਮੂਹੜੇ ਬਣਾਉਣ ਦਾ, ਤੇ ਜਿਹੜੀ ਮੂੰਜੀ ਦੀ ਪਰਾਲੀ ਹੈ ਨਾ, ਇਹਨੂੰ ਕਮ ਸੇ ਕਮ ਸਾਫ ਪਰਾਲੀ ਹੋਵੇ, ਤੇ ਜੋ ਇਹਨੂੰ ਖੁਸ਼ਕ ਕਰਕੇ ਨਾ ਕਿਸੇ ਅੱਛੀ ਜਗ੍ਹਾ 'ਤੇ ਰੱਖੇ, ਮਸਲਨ ਵੀ ਉਹ ਬਾਰਿਸ਼ ਨਾ ਭਿੱਜੇ ਜਾਂ ਖਰਾਬ ਨਾ ਹੋਵੇ, ਅਤੇ ਫਿਰ ਇਹ ਜਨਾਬ ਮੂਹੜਾ ਤਿਆਰ ਹੋ ਜਾਵੇਗਾ, ਤਾਂ ਬਹੁਤ ਕਮਾਲ ਦਾ ਹੋਵੇਗਾ। ਅਤੇ ਦੋ ਸਾਲ ਦੀ ਲਾਈਫ ਹੈਗੀ ਜੀ, ਇਹ ਨਾ ਹੋਵੇ ਇੱਕ ਤੀਲੀ ਲਾ ਦਿਓ ਤਾਂ ਫਿਰ ਆਖੋ ਬੇਦ ਸੜ ਗਿਆ। ਬਾਰਿਸ਼ ਤੋਂ ਬਚਾਉਣਾ ਹੈ ਇਸ ਨੂੰ, ਅਤੇ ਅੱਗ ਲਾਉਣ ਤੋਂ ਬਚਾਉਣਾ ਹੈ, ਫਿਰ ਜਨਾਬ ਇਹ ਬਹੁਤ ਅੱਛਾ ਹੈਗਾ ਮੂਹੜਾ, ਕਮਾਲ ਦਾ। ਤਾਂ ਵੇਖ ਲਓ ਜਨਾਬ ਮਿਹਨਤ ਇਸ 'ਤੇ ਵੀ ਕਾਫੀ ਹੋ ਰਹੀ ਹੈ, ਇਹ ਵੇਖ ਸਕਦੇ ਨੇ ਜਨਾਬ ਇਹਦਾ ਤਰੀਕਾਕਾਰ, ਕਿਆ ਬਾਤ ਹੈ ਬਈ। ਥੋੜਾ ਵਾਟ ਚਾੜੇ ਨਾ, ਨਹੀਂ ਕੋ ਨਹੀਂ ਖਾ, ਨਹੀਂ ਜਿਹੜੀ ਕਸ ਤਰ੍ਹਾਂ ਗੁੰਦੜੀਆਂ ਪੈਂਦੀ ਉੱਥੇ, ਨਹੀਂ ਚਾੜ ਨੂੰ ਘੱਟ ਵੀ ਨਹੀਂ ਕਰਦਾ ਮੈਂ। ਇਹ ਜਨਾਬ ਕਿਆ ਬਾਤ ਹੈ, ਨੀ
दोस्तो दो मरले हो गए ने हुण आखरी मरले च काम जारी ने इन्दे ते मुकम्मल होना ने आ जेड़ी इंदी फुकाई हुंदी पई है इन्हू सीधा पत्रा करदे पै जे ते फिर मुकम्मल हो जाएगा ते उत्ते बह के भी तुहानू विखावांगे भी आ मुकम्मल हो गया जी हाँ जी हूँ हो गया जी जी एक साइड बधी हुई सी कट ली है जनाब टोके से हूँ आखिरी स्टैप मुहम्मद सदीक बना लगे जे तो जनाब मूड़ा तैयार हो जाएगा ठीक कुछ चंद सैकेंड या मिनट के बेचे जनाब हम वेख ला आखिरी स्टैप जो है रस्सी कोई तार है इन बंधे पैन भी खुले ना इन कंप्लीट बन दिता जाएगा भी हिले ना आराम ना फिर जनाब तुम इस उपर बह तो मौजा उड़ाव्या तो मुहम्मद सदीक का कहना है अगर ये बारिश तो महफूज रवे अग तो महफूज रवे तो चार तो पाँच साल तक भी ये नहीं जा सकता जी पहले दो साल की उनकी गरंटी जी हूँ मजीद आता इनकी हिफाजत करोगे तो चार पाँच साल तक भी तुम इस घर के बोरची खाने किचन च जनाब न इस तो अपने छोटे छोटे बच्चे बैठ सकते हैं बच्चे भी बैठ सकते हैं तो बड़े भी बैठ बैठते शर्त यह है भी चंकी पराली हो जनाब बहर उन्होंने खुश किया जाए तो फिर उसनों अंदर किसी जगह तो महफूज किया जाए बारिश तो महफूज हो तो फिर जनाब वो जरा ना मुड़ा चार तो पाँच साल तक नहीं जाता जी भरोसा साढ़ा पूरा होया ना जनाब इन उपर हम बह के विखा दे मुहम्मद सदीक खुद ही बह के विखा दे अच्छा हाल ही ठुकाई वाला रहा भरोसा से वेख लो दोस्तो ए मुकम्मल हो गया जे ए वेख सकते बाबा जी बैठते बखावे ते दोस्तो हुण मैं तुहाडे दी इजाजत चाहना सर्दी भी नहीं लगन देंदा सर्दी भी नहीं लगन देंदा मुहम्मद सदीक दा कहना है ते हुण मैं तुहाडे दी इजाजत चाहना अल्लाह हाफिज पाकिस्तान जिंदाबाद